ਚੈਨਲ ਵਾਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਰਿੰਦਰ ਡੱਲਾ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਵਿਸਥਾਰ ਤੋਂ ਪਹਿਲਾਂ ਇੱਕ ਨਜ਼ਰ ਇਸ ਵੇਲੇ ਦੀਆਂ ਚੋਣਵੀਆਂ ਅਤੇ ਖਾਸ ਖਬਰਾਂ 'ਤੇ। ਅੰਮ੍ਰਿਤਸਰ ਦੇ ਵਿੱਚ ਹਿੰਦੂ ਸੰਗਠਨ ਨਾਲ ਜੁੜੇ ਵਿਪਨ ਸ਼ਰਮਾ ਦਾ ਕਰ ਦਿੱਤਾ ਗਿਆ ਕਤਲ। ਸ਼ਰੇਆਮ ਬਾਜ਼ਾਰ ਵਿੱਚ ਮਾਰੀਆਂ ਗਈਆਂ ਗੋਲੀਆਂ। ਅੰਮ੍ਰਿਤਸਰ ਦੇ ਵਿੱਚ ਇਸ ਕਤਲ ਦੇ ਖਿਲਾਫ ਜੰਮ ਕੇ ਹੋਇਆ ਰੋਸ ਪ੍ਰਦਰਸ਼ਨ। ਸ਼ਹਿਰ ਵਿੱਚ ਰੱਖਿਆ ਗਿਆ ਬੰਦ। ਬੰਦ ਨੂੰ ਮਿਲਿਆ ਜੁਲਿਆ ਅਸਰ। ਪੰਜਾਬ ਵਿੱਚ ਹੋ ਰਹੀਆਂ ਕਤਲ ਦੀਆਂ ਵਾਰਦਾਤਾਂ ਤੋਂ ਵਿਰੋਧੀ ਧਿਰ ਨੇ ਕਾਂਗਰਸ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ। ਵਿਰੋਧੀ ਧਿਰ ਨੇ ਵਿਗੜ ਰਹੀ ਕਾਨੂੰਨ ਵਿਵਸਥਾ 'ਤੇ ਜਤਾਈ ਚਿੰਤਾ। ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਬੀਜੇਪੀ ਨੇ ਕੈਪਟਨ ਅਮਰਿੰਦਰ ਨੂੰ ਘੇਰਿਆ। ਲੁਧਿਆਣਾ ਵਿੱਚ ਯੂਥ ਕਾਂਗਰਸ ਦੇ ਦਾਅਵੇ ਦੇ ਬਾਵਜੂਦ ਨਹੀਂ ਲੱਗ ਸਕਿਆ ਇੰਦਰਾ ਗਾਂਧੀ ਦਾ ਬੁੱਤ। ਕਾਂਗਰਸ ਵਿੱਚ ਧੜੇਬੰਦੀ ਹੋਈ ਉਜਾਗਰ। ਵਿਰੋਧ ਕਰਨ ਵਾਲਿਆਂ ਦੇ ਜ਼ਬਰਦਸਤ ਵਿਰੋਧ ਤੋਂ ਬਾਅਦ ਬੈਕਫੁੱਟ 'ਤੇ ਆਈ ਕਾਂਗਰਸ। ਪੰਜਾਬ ਵਿੱਚ ਮਰ ਚੁੱਕੇ ਲੋਕਾਂ ਨੂੰ ਪੈਨਸ਼ਨ ਭੁਗਤਾਏ ਜਾਣ ਦਾ ਸਕੈਂਡਲ ਆਇਆ ਸਾਹਮਣੇ। ਸੰਗਰੂਰ ਵਿੱਚ 12,500 ਫਰਜ਼ੀ ਪੈਨਸ਼ਨ ਦੇ ਕੇਸ ਵੀ ਮਿਲੇ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇੱਕ ਡਾਕਟਰ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪ੍ਰਵੀਨ ਬਾਂਸਲ ਵਿਚਾਲੇ ਹੋਇਆ ਵਿਵਾਦ। ਪੁਲਿਸ ਨੇ ਬੀਜੇਪੀ ਨੇਤਾ ਅਤੇ ਲੁਧਿਆਣਾ ਤੋਂ ਚੋਣ ਲੜ ਚੁੱਕੇ ਪ੍ਰਵੀਨ ਬਾਂਸਲ 'ਤੇ ਦਰਜ ਕੀਤਾ ਮਾਮਲਾ। ਅਤੇ ਹੁਣ ਸੁਰਖੀਆਂ ਦਾ ਵਿਸਥਾਰ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੰਮ੍ਰਿਤਸਰ ਦੀ। ਅੰਮ੍ਰਿਤਸਰ ਦੇ ਵਿੱਚ ਕੱਲ੍ਹ ਸ਼ਾਮ ਹਿੰਦੂ ਸੰਗਠਨ ਦੇ ਇੱਕ ਆਗੂ ਵਿਪਨ ਸ਼ਰਮਾ ਦਾ ਸ਼ਰੇਆਮ ਇੱਕ ਬਾਜ਼ਾਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਾਰਥ ਨਗਰ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਬਾਹਰ ਉਸ ਵੇਲੇ ਹਿੰਦੂ ਸੰਗਠਨ ਦੇ ਆਗੂ ਵਿਪਨ ਸ਼ਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਕਿਸੇ ਜਾਣਕਾਰ ਦੇ ਨਾਲ ਮੋਟਰਸਾਈਕਲ 'ਤੇ ਬੈਠ ਕੇ ਆਪਣੇ ਘਰ ਵਾਪਸ ਜਾਣ ਵਾਲੇ ਸਨ। ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਹਿੰਦੂ ਸੰਗਠਨਾਂ ਨਾਲ ਜੁੜੇ ਆਗੂ ਇਸ ਘਟਨਾ ਨੂੰ ਸਿੱਧੇ ਸਿੱਧੇ ਦਹਿਸ਼ਤਵਾਦ ਨਾਲ ਜੁੜੀ ਘਟਨਾ ਐਲਾਨ ਰਹੇ ਨੇ। ਕਾਬਲੇ ਜ਼ਿਕਰ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਜਿੱਥੇ ਹਿੰਦੂ ਸੰਗਠਨਾਂ ਦੇ ਆਗੂਆਂ ਨੂੰ ਚੁਣ ਚੁਣ ਕੇ ਮਾਰਿਆ ਜਾ ਰਿਹਾ। ਕੁਝ ਦਿਨ ਪਹਿਲਾਂ ਹੀ ਲੁਧਿਆਣਾ ਦੇ ਵਿੱਚ ਵਰਿੰਦਰ ਗੁਸਾਈ ਨਾਂ ਦੇ RSS ਦੇ ਇੱਕ ਕਾਰਕੁਨ ਦਾ ਕਤਲ ਕਰ ਦਿੱਤਾ ਗਿਆ ਸੀ। ਔਰ ਸਾਰਿਆਂ ਨੂੰ ਯਾਦ ਹੈ ਕਿ ਪਿਛਲੇ ਸਾਲ ਜਗਦੀਸ਼ ਗੰਗਨੇਜਾ ਦਾ ਵੀ ਕਤਲ ਕਰ ਦਿੱਤਾ ਗਿਆ ਸੀ ਜਿਹੜੇ ਕਿ RSS ਦੇ ਵੱਡੇ ਆਗੂ ਸਨ, ਪੰਜਾਬ ਦੇ ਪ੍ਰਮੁੱਖ ਆਗੂ ਸਨ ਅਤੇ ਰਿਟਾਇਰਡ ਬ੍ਰਿਗੇਡੀਅਰ ਸਨ। ਇਸੇ ਸਾਲ ਜਨਵਰੀ ਦੇ ਵਿੱਚ ਲੁਧਿਆਣਾ ਦੇ ਵਿੱਚ ਹੀ ਸ਼ਿਵ ਸੈਨਾ ਨਾਲ ਜੁੜੇ ਇੱਕ ਹੋਰ ਆਗੂ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਸੋ ਪੰਜਾਬ ਦੇ ਵਿੱਚ ਲਗਾਤਾਰ ਹਿੰਦੂ ਸੰਗਠਨਾਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਅਤੇ ਹਿੰਦੂ ਸੰਗਠਨਾਂ ਦੇ ਆਗੂਆਂ ਦਾ ਇਲਜ਼ਾਮ ਹੈ ਕਿ ਇਹ ਸਾਰੀਆਂ ਘਟਨਾਵਾਂ ਦਹਿਸ਼ਤਗਰਦੀ ਦੇ ਨਾਲ ਜੁੜੀਆਂ ਹੋਈਆਂ ਨੇ। ਪੰਜਾਬ ਦੀ ਪੁਲਿਸ ਇਸ ਵਕਤ ਗਹਿਰੇ ਸਵਾਲਾਂ ਦੇ ਵਿੱਚ ਹੈ ਕਿਉਂਕਿ ਪੰਜਾਬ ਦੀ ਪੁਲਿਸ ਇਹ ਮਾਮਲੇ ਹੱਲ ਕਰਨ ਦੇ ਵਿੱਚ ਅਸਫਲ ਸਾਬਤ ਹੋ ਰਹੀ ਹੈ। ਟੈਲੀਵਿਜ਼ਨ ਸਕਰੀਨ 'ਤੇ ਤਸਵੀਰਾਂ ਸਾਰੀ ਕਹਾਣੀ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਵਿਪਨ ਸ਼ਰਮਾ ਦਾ ਕਤਲ ਕੀਤਾ ਗਿਆ। ਉਸ ਤੋਂ ਬਾਅਦ ਵਿਪਨ ਸ਼ਰਮਾ ਦੀ ਨੂੰ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ। ਉਹਨਾਂ ਦੀ ਮ੍ਰਿਤਕ ਦੇਹ ਨੂੰ ਬਾਅਦ ਦੇ ਵਿੱਚ ਹਸਪਤਾਲ ਲੈ ਕੇ ਜਾਇਆ ਗਿਆ। ਉਹਨਾਂ ਦੇ ਨਾਲ ਜੁੜੇ ਲੋਕਾਂ ਦੀ ਮੰਗ ਹੈ ਕਿ ਵਿਪਨ ਸ਼ਰਮਾ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਹਨਾਂ ਦੇ ਪਰਿਵਾਰ ਦੀ ਸਾਰ ਲਈ ਜਾਵੇ। ਰੋਸ ਵਜੋਂ ਅੱਜ ਅੰਮ੍ਰਿਤਸਰ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਬੰਦ ਨੂੰ ਮਿਲਿਆ ਜੁਲਿਆ ਹੁੰਗਾਰਾ ਵੀ ਮਿਲਿਆ। ਹਿੰਦੂ ਸੰਗਠਨਾਂ ਦੇ ਲੋਕਾਂ ਦੇ ਵਿੱਚ ਵੱਡੇ ਰੋਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਅਸੀਂ ਤਾਂ ਇਹੀ ਇਨਸਾਫ ਚਾਹੁੰਦੇ ਹਾਂ ਵੀ ਉਹ ਇਨਸਾਫ ਮਿਲੇ। ਉਹ ਓਪਨ ਹੋਈਆਂ ਫੋਟੋਆਂ ਸਾਰੀਆਂ, ਤੁਹਾਨੂੰ CCTV ਕੈਮਰੇ ਸਾਰੇ ਓਪਨ ਹੋਏ ਅਤੇ ਬਾਕੀ ਮੈਂ ਅਜੇ ਕੁਛ ਡਿਸੀਜਨ ਨਹੀਂ ਲੈ ਪਾ ਰਿਹਾ। ਅੱਛਾ, ਅਤੇ ਕੀ ਡਿਮਾਂਡ, ਕੀ ਦਰਜਾ ਕੀ ਦੇਣਾ ਚਾਹੁੰਦੇ ਭਰਾ? ਹਾਂ, ਤਾਂ ਤੁਹਾਨੂੰ ਇਹ ਕਿ ਸ਼ਹੀਦ ਕਰਾ ਦਿੱਤਾ ਜਾਵੇ। ਕੌਮ ਦੇ ਲੋਕਾਂ ਲੱਗਿਆ ਸ਼ਹੀਦ ਕਰਾ ਦਿੱਤਾ ਜਾਵੇ, ਬਸ ਇਹੀ ਸਾਡਾ ਅੱਜ ਆ। ਬਾਕੀ ਪਰਿਵਾਰ ਨੂੰ ਨੌਕਰੀ ਮਿਲ ਜਾਵੇ, ਜਿਹੜਾ ਬੱਚਾ ਦਿੱਤਾ ਉਹਨੂੰ ਨੌਕਰੀ ਮਿਲ ਜਾਵੇ। ਕਮਾਉਣ ਵਾਲਾ ਜਿਹੜਾ ਇਹੀ ਇਕੱਲਾ ਹੀ ਹੈ। ਪੰਜਾਬ ਵਿੱਚ ਲਗਾਤਾਰ ਹਿੰਦੂ ਸੰਗਠਨਾਂ ਦੇ ਆਗੂਆਂ ਦੇ ਕੀਤੇ ਜਾ ਰਹੇ ਕਤਲ ਤੋਂ ਬਾਅਦ ਪੰਜਾਬ ਦੇ ਵਿੱਚ ਵੱਖ ਵੱਖ ਹਿੰਦੂ ਸੰਗਠਨਾਂ ਦੇ ਆਗੂ ਅਤੇ ਕਾਰਕੁਨ ਦਹਿਸ਼ਤ ਦੇ ਮਾਹੌਲ ਦੇ ਵਿੱਚ ਨੇ ਅਤੇ ਸਰਕਾਰ ਅਤੇ ਪੁਲਿਸ ਤੋਂ ਮੰਗ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਸੁਰੱਖਿਆ ਨੂੰ ਚਾਕ ਚੌਬੰਦ ਕੀਤਾ ਜਾਵੇ ਅਤੇ ਹਿੰਦੂ ਸੰਗਠਨਾਂ ਦੇ ਆਗੂਆਂ ਅਤੇ ਵਰਕਰਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇ। ਇਹ ਜਿਹੜਾ ਪੁਰਾਣਾ ਟਾਈਮ, ਅਸੀਂ ਲੋਕਾਂ ਨੇ ਪੁਰਾਣੇ ਟਾਈਮ ਦੇ ਵਿੱਚ ਜਦੋਂ ਅੱਤਵਾਦ ਸੀਗਾ 80 ਤੋਂ 92 ਤੱਕ, ਆਪਣੇ ਮੋਢਿਆਂ 'ਤੇ ਲਾਸ਼ਾਂ ਢੋਈਆਂ ਹੋਈਆਂ,
ਇਹ ਸੇਮ ਟੂ ਸੇਮ ਉਹੀ ਸਿਸਟਮ ਦੁਆਰਾ ਤੋਂ ਚੱਲ ਰਿਹਾ, ਉਹੀ ਅੱਤਵਾਦੀ ਦੁਆਰਾ ਤੋਂ ਲਾਈਵ ਮਰਡਰ ਕਰ ਰਹੇ ਨੇ। ਅੱਗੇ ਵੀ ਇੱਦਾਂ ਹੀ ਬੱਸਾਂ 'ਚੋਂ ਕੱਢ ਕੇ ਬਾਜ਼ਾਰਾਂ ਦੇ ਵਿੱਚ ਲਾਈਵ ਮਰਡਰ ਹੁੰਦੇ ਸੀ, ਉਹੀ ਮਰਡਰ, ਉਹੀ ਅੱਤਵਾਦ, ਉਹੀ ਦਹਿਸ਼ਤ ਹਿੰਦੂ ਸਮਾਜ ਨੂੰ ਭਜਾਉਣ ਦੇ ਲਈ ਪੰਜਾਬ 'ਚੋਂ ਖਾਲਿਸਤਾਨ ਨੂੰ ਪੁਨਰ ਜੀਵਿਤ ਕੀਤਾ ਜਾ ਰਿਹਾ, ਤਾਂ ਜੋ ਖਾਲਿਸਤਾਨ ਦੀ ਜਿਹੜੀ ਮੁਹਿੰਮ ਹੈ ਉਹਨੂੰ ਹੋਰ ਤੇਜ਼ ਕੀਤਾ ਜਾਵੇ। ਇਹਦੇ ਵਿੱਚ ਸਰਕਾਰ ਥੋੜ੍ਹੀ ਜਿਹੀ ਵਿਫਲ ਨਜ਼ਰ ਆ ਰਹੀ ਹੈ, ਕਿਉਂਕਿ ਲੰਬੇ ਟਾਈਮ ਤੋਂ ਪੰਜਾਬ ਦੇ ਵਿੱਚ ਹੁਣ ਦੁਬਾਰਾ ਤੋਂ ਕਦੀ ਅੰਮ੍ਰਿਤਸਰ, ਕਦੀ ਜਲੰਧਰ, ਕਦੀ ਖੰਨੇ, ਕਦੀ ਲੁਧਿਆਣੇ ਲਗਾਤਾਰ ਜਿਹੜੇ ਅੱਤਵਾਦੀ ਕੇਸ ਹੋ ਰਹੇ ਆ। ਸਰਕਾਰ ਜਿਹੜੀ ਪੁਲਿਸ ਪ੍ਰਸ਼ਾਸਨ ਹੈ, ਲੱਗਦਾ ਕਿ ਉਹਦਾ ਮਨੋਬਲ ਟੁੱਟਿਆ ਹੋਇਆ, ਜਿਹੜਾ ਕਿ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਸ਼ਿਵ ਸੈਨਾ ਪੰਜਾਬ ਨੇ ਇੱਕ ਮੁੱਦਾ ਸ਼ੁਰੂ ਕੀਤਾ ਹੁਣੀ ਦੁਬਾਰਾ, ਵੀ ਜ਼ਿਲ੍ਹਾ 'ਚ ਬੰਦ ਜਿਹੜੇ ਪੁਲਿਸ ਅਫਸਰ ਨੇ ਜਿਨ੍ਹਾਂ ਨੇ ਅੱਤਵਾਦ ਦੇ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪੰਜਾਬ 'ਚੋਂ ਅੱਤਵਾਦ ਖਤਮ ਕੀਤਾ, ਜਦ ਤੱਕ ਉਹਨਾਂ ਦੇ ਲਈ ਕੋਈ ਸਰਕਾਰ ਕੰਮ ਨਹੀਂ ਕਰਦੀ ਤਦ ਤੱਕ ਪੰਜਾਬ ਪੁਲਿਸ ਦਾ ਮਨੋਬਲ ਉੱਚਾ ਨਹੀਂ ਹੋਊਗਾ। ਕਿਉਂਕਿ ਜਿਨ੍ਹਾਂ ਲੋਕਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ, ਆਪਣੇ ਪਰਿਵਾਰ ਦੇ ਲੋਕਾਂ ਦੀ ਪਰਵਾਹ ਨਾ ਕੀਤੀ ਹੋਈ, ਅਤੇ ਉਸ ਤੋਂ ਬਾਅਦ ਉਹਨੇ ਪੰਜਾਬ 'ਚੋਂ ਅੱਤਵਾਦ ਖਤਮ ਕੀਤਾ। ਸਰਕਾਰ ਦੇ ਕਿਹਦੇ ਉੱਤੇ? ਅੱਤਵਾਦੀ ਮਾਰੇ, ਫਿਰ ਹਿਊਮਨ ਰਾਈਟ ਦੇ ਕਿਹਦੇ ਉੱਤੇ? ਉਹਨੂੰ ਜੇਲ੍ਹਾਂ 'ਚ ਭੇਜਿਆ ਗਿਆ, ਉਹ ਅੱਜ ਲੋਕ ਜੇਲ੍ਹਾਂ 'ਚ ਬੈਠੇ ਨੇ, ਹਜ਼ਾਰਾਂ ਹੀ ਪੁਲਿਸ ਅਫਸਰ ਜੇਲ੍ਹਾਂ 'ਚ ਬੈਠੇ ਨੇ, ਹਜ਼ਾਰਾਂ ਹੀ ਲੋਕ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਨੇ। ਉਹਨਾਂ ਦੇ ਹਾਲਾਤ ਦੇਖਦੇ ਹੋਏ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਪੁਲਿਸ ਉਸ ਹੌਸਲੇ ਨਾਲ ਕੰਮ ਕਰੂ ਜਿਸ ਹੌਸਲੇ ਨਾਲ 1980 ਤੋਂ 1992 ਤੱਕ ਕੰਮ ਕੀਤਾ ਗਿਆ। ਇਸ ਲਈ ਜ਼ਰੂਰੀ ਹੈ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਅਗਰ ਪੰਜਾਬ ਲਈ ਵਿੱਚ ਸਥਾਈ ਸ਼ਾਂਤੀ ਚਾਹੁੰਦੇ ਨੇ, ਪਹਿਲਾਂ ਉਹਨਾਂ ਮੁਲਾਜ਼ਮਾਂ ਦੀ ਰਿਹਾਇਸ਼ ਦੀ ਵੀ ਗੱਲ ਕਰੇ। ਉਧਰ ਪੰਜਾਬ ਵਿੱਚ ਆਏ ਦਿਨ ਹੋ ਰਹੇ ਕਤਲੋ ਗੈਰਤ ਦੇ ਮਾਮਲਿਆਂ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਲਿਆ। ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਜਾ ਰਹੇ ਨੇ। ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਪੁਲਿਸ ਨੂੰ ਸੁਚੱਜੇ ਢੰਗ ਨਾਲ ਨਹੀਂ ਵਰਤ ਪਾ ਰਹੀ ਅਤੇ ਪੰਜਾਬ ਦੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ। ਕਾਬਲੇ ਜ਼ਿਕਰ ਹੈ ਕਿ ਅੰਮ੍ਰਿਤਸਰ ਦੇ ਵਿੱਚ ਹਿੰਦੂ ਆਗੂ ਵਿਪਨ ਸ਼ਰਮਾ ਦੇ ਕਤਲ ਅਤੇ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ RSS ਨਾਲ ਜੁੜੇ ਕਾਰਕੁਨ ਵਰਿੰਦਰ ਗੁਸਾਈ ਦੇ ਕਤਲ ਤੋਂ ਬਾਅਦ ਵਿਰੋਧੀ ਧਿਰ ਲਗਾਤਾਰ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਵਿੰਨ ਰਿਹਾ। ਹਾਲਾਂਕਿ RSS ਦੇ ਵੱਡੇ ਆਗੂ ਜਗਦੀਸ਼ ਗਗਨੇਜਾ ਦਾ ਕਤਲ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਹੋਇਆ ਸੀ, ਪਰ ਇਸ ਵੇਲੇ ਵਿਰੋਧੀ ਧਿਰਾਂ ਦਾ ਮੁੱਖ ਨਿਸ਼ਾਨਾ ਕਾਂਗਰਸ ਦੀ ਸਰਕਾਰ 'ਤੇ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਇਹਨਾਂ ਮਾਮਲਿਆਂ ਨੂੰ ਪੁਲਿਸ ਤੁਰੰਤ ਹੱਲ ਕਰੇ। ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਪੰਜਾਬ ਦੀ ਪੁਲਿਸ ਪਿਛਲੇ ਲਗਭਗ 1.5-2 ਸਾਲਾਂ ਤੋਂ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਹੱਲ ਕਰਨ ਦੇ ਵਿੱਚ ਅਸਫਲ ਸਾਬਤ ਹੋ ਰਹੀ ਹੈ। ਇਹ ਪੰਜਾਬ ਪੁਲਿਸ ਦੀ ਬਹੁਤ ਵੱਡੀ ਨਲਾਇਕੀ ਮੰਨੀ ਜਾ ਰਹੀ ਹੈ। ਮੈਂ ਅੱਜ ਇਹ ਬਹੁਤ ਜ਼ੋਰ ਨਾਲ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਰਿਪੀਟਿਡਲੀ ਪੋਲੀਟੀਕਲ ਮਰਡਰਸ ਹੋ ਰਹੇ ਨੇ। ਕੱਲ੍ਹ ਇੱਕ ਫਿਰ ਦੁਬਾਰਾ ਹਿੰਦੂ ਸ਼ਿਵ ਸੈਨਾ ਦੇ ਮਿਸਟਰ ਵਿਪਨ ਸ਼ਰਮਾ ਦਾ ਉੱਥੇ ਕਤਲ ਹੋਇਆ ਅੰਮ੍ਰਿਤਸਰ ਦੇ ਵਿੱਚ, ਔਰ ਕੱਲ੍ਹ ਦੇ ਵਿੱਚ ਹੀ ਇੱਕ ਅਧਿਆਪਕ ਦਲ ਦੇ ਭਾਵਾਂ ਉਹ ਅਕਾਲੀ ਦਲ ਨਾਲ ਰਿਲੇਟਿਡ ਸੀ ਮਲੇਰਕੋਟਲੇ ਕਤਲ ਹੋਇਆ, ਔਰ ਇਹ ਸਾਰੀਆਂ ਗੱਲਾਂ CCTV ਵਿੱਚ ਕੈਦ ਹੋ ਰਹੀਆਂ ਨੇ। ਉਸ ਤੋਂ ਪਹਿਲਾਂ ਲੁਧਿਆਣੇ ਵਿੱਚ RSS ਦਾ ਕਤਲ ਹੋਇਆ, ਉਸ ਤੋਂ ਪਹਿਲਾਂ ਸੁਲਤਾਨ ਮਸੀਹ ਪਾਦਰੀ ਦਾ ਕਤਲ ਹੋਇਆ, ਅਤੇ ਉਹ ਅਤੇ ਹੁਣ ਸਰਕਾਰ ਇਸ ਦੌਰਾਨ ਬਹੁਤ ਸਾਰੇ ਪੋਲੀਟੀਕਲ ਮਰਡਰਸ ਹੋਏ ਨੇ, ਭਾਵਾਂ ਉਹ ਅਕਾਲੀਆਂ ਦੇ ਹੋਣ, ਭਾਵਾਂ ਕਾਂਗਰਸੀਆਂ ਦੇ ਹੋਣ, ਭਾਵਾਂ ਹਿੰਦੂਆਂ ਦੇ ਹੋਣ, ਭਾਵਾਂ ਸਿੱਖਾਂ ਦੇ ਹੋਣ। ਇਹ ਸਾਰੀਆਂ ਬਹੁਤ ਹੀ ਨਿਖੇਧੀ ਕਰਨ ਯੋਗ ਘਟਨਾਵਾਂ ਵਾਪਰੀਆਂ, ਔਰ ਦੁੱਖ ਇਸ ਗੱਲ ਦਾ ਵਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਸਮਾਂ ਹੀ ਨਹੀਂ ਹੈ। ਉਹ ਆਪਣੇ ਵਿਦੇਸ਼ੀ ਮਹਿਮਾਨਾਂ ਦੇ ਨਾਲ ਪਹਾੜਾਂ ਵਿੱਚ ਸੈਲਫੀਆਂ ਖਿਚਾ ਰਹੇ ਨੇ, ਇੱਥੇ ਲੋਕ ਤਰਾ ਤਰਾ ਕਰ ਰਹੇ ਨੇ। ਔਰ ਜਿਹੜਾ RSS ਦਾ ਕਤਲ ਹੋਇਆ ਸੀ ਉਹਨੂੰ ਤਾਂ ਇਹਨਾਂ ਨੇ NIA ਨੂੰ ਦਿੱਤਾ, ਨੈਸ਼ਨਲ ਇੰਟੈਲੀਜੈਂਸ ਏਜੰਸੀ ਨੂੰ ਉਹਦੀ ਤਹਿਕੀਕਾਤ। ਕੀ ਹੁਣ ਸਾਰੇ ਕੇਸ NIA ਨੂੰ ਦੇਣਗੇ? ਕੀ ਪੰਜਾਬ ਪੁਲਿਸ ਵਿੱਚ ਕੋਈ ਹਿੰਮਤ ਨਹੀਂ? ਕਿਸੇ ਵੀ ਖੇਤਰ ਵੱਲ ਕੋਈ ਧਿਆਨ ਨਹੀਂ। ਤੁਸੀਂ ਵੇਖ ਲਓ ਲਾਅ ਐਂਡ ਆਰਡਰ, ਦਿਨ ਦਿਹਾੜੇ ਸ਼ਰੇਆਮ ਗੋਲੀਆਂ ਮਾਰ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ, ਚਾਹੇ ਉਹ ਲੁਧਿਆਣੇ 'ਚ ਇੱਕ ਪਾਸਟਰ ਜੀ ਦੀ ਹੱਤਿਆ ਹੋਵੇ, ਚਾਹੇ ਲੁਧਿਆਣੇ 'ਚ ਇੱਕ RSS ਲੀਡਰ ਦੀ ਹੱਤਿਆ ਹੋਵੇ, ਅੰਮ੍ਰਿਤਸਰ 'ਚ ਇੱਕ ਹਿੰਦੂ ਨੇਤਾ ਦੀ ਕੱਲ੍ਹ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਹੋਵੇ, ਫਿਰ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਕਾਂਗਰਸ ਦੇ ਲੀਡਰ ਅਕਾਲੀ ਦਲ ਦੇ ਲੀਡਰਾਂ 'ਤੇ ਹਮਲੇ ਕਰਵਾ ਰਹੇ। ਅੱਜ ਦੀ ਤਾਜ਼ੀ ਆ, ਗੁਰਦਾਸਪੁਰ ਤੋਂ ਸਾਡੇ ਸਾਬਕਾ MLA ਗੁਰਬਚਨ ਸਿੰਘ ਬੱਬੇਹਾਲੀ ਦੇ ਲੜਕੇ 'ਤੇ ਅੱਜ ਹਮਲਾ ਕਰਵਾ ਦਿੱਤਾ ਕਾਂਗਰਸ ਨੇ। ਗੁਰਦਾਸਪੁਰ ਕਿੰਨੇ ਹਮਲੇ ਹੋ ਗਏ, ਫਿਰੋਜ਼ਪੁਰ ਅਕਾਲੀ ਲੀਡਰ ਦਾ ਮਰਡਰ ਹੋ ਗਿਆ, ਔਰ ਕੋਲਿਆਂ ਜਥੇਦਾਰ ਕੋਲਿਆਂਵਾਲੀ ਦੇ ਮੁੰਡੇ ਦੇ ਲੱਤਾਂ ਤੋੜ ਦਿੱਤੀਆਂ ਗਈਆਂ। ਅੱਜੇ ਹੀ ਹਰਕੀਰਤ ਸਿੰਘ ਜਿਹੜਾ ਅਧਿਆਪਕ ਦਲ ਦਾ ਲੀਡਰ ਸੀ ਉਹਦਾ ਵੀ ਮਰਡਰ ਕਰ ਦਿੱਤਾ ਗਿਆ। ਸੱਤਾ 'ਚ ਆਉਂਦੇ ਹੀ 7 ਮਹੀਨੇ ਪਹਿਲੇ ਜਿਵੇਂ ਕਾਂਗਰਸੀਆਂ ਨੇ
थाने पद्धर की पुलिस का दुरुपयोग शुरू किया, पोलीटिकल वेंडेटा वास्ते उसका दुरुपयोग किया, अपने सियासी बदलाखोरी वास्ते उसका दुरुपयोग किया। ये उसकी आउटकम है कि आज पंजाब के अंदर क्राइम जोड़ा बहुत ज़्यादा बढ़ गया, क्योंकि थाने पद्धर की पुलिस खुल गई है, उन्होंने सरकार का खौफ नहीं रहा, क्योंकि सरकार वास्ते वो गलत काम करते हैं, तो हूँ उन्होंने एरिए जो क्राइम फ्लरिश कर रहा है और क्राइम गैंग्स और थले पद्धर पुलिस का की रिश्ता होंगे किसी तो गल छुपी नहीं है। उधर पंजाब विच एक सर्वेखण के हवाले नाल अजिही चर्चा सामने आई है कि पंजाब दे विच लगभग 65,000 लोगों नू फर्जी तौर पर पेनशन दिती जा रही है, भाव दुनिया तो विदा हो चुके लोगों नू भी पेनशन दिती जा रही है। उधर ये भी तथ्य सामने आ रहे हैं कि संगरूर विच 12,500 फर्जी पेनशन के मामले सामने आए हैं। धूरी के विधायक दलबीर सिंह गोल्डी ने भी किया है कि धूरी दियां उप चोणां दे समय लोगों नू वोट लैण दे मकसद दे नाल पिछली सरकार ने वड्डी गिणती विच लोगों नू फर्जी तौर पर पेनशन दे दित्ती सी, अते सारा कुछ फर्जीवाड़ा अकालियां वल्लों कीता गया सी। ये दलबीर सिंह गोल्डी दे इल्ज़ाम ने। हालांकि इस मामले दे विच लगातार वड्डी जांच की जरूरत है तां कि सच्चाई सामने आ सके कि सच्चाई है की है। उधर आम लोगों का कहना है कि उन्होंने पेनशन समय से नहीं मिल रही है, कई बार बैंकों के चक्कर लाने पैंदे ने, जिस करके उन्होंने काफ़ी दिक्कतां आ रही ने। लोगों का कहना है कि वह बुढ़े हो चुके हैं, कामकाज तो असमर्थ ने, अजिहे विच उन्हां दा गुजारा नहीं हो रहा, इस करके उन्होंने पेनशन समय सिर मिलनी चाहिए है। साल तो उत्ते हो गए जी, नहीं आप भकाई करके मुड़े आने जी, हाँ जी कदों कहीं आ गई खाते चे दे देंगे, कदों खाते चे आ गई दे देंगे, आँदे है नहीं जी। हाल आज बस मन के रोटी खाना जी, पानी भी लोगों के भरदा जी, चाह पानी भी लोग दे के जाते हैं जी। मैं कहते मेरी पेनशन आ जाए जी, बस जी मेरा गुजारा चली जाए। सब तो पहला मैं सारिआं नूं ये गल क्लीयर करना चाहुंदा कि जिहड़ी ये पेनशन आ ये हर एक उस लोड़वंद व्यक्ति नूं मिलेगी जिहड़े बंदे इहदे विच एलिजिबल हो रहे ने। ये सिर्फ एक सर्वे चल रहा, सर्वे दे विच की सी हुणी तुसीं एक रिपोर्ट भी देखी होनी आ जिहदे च तकरीबन 82,000 ਇਹੋ ਜਿਹੇ ਬੰਦੇ ਨੇ ਜਿਹੜੇ ਐਲੀਜੀਬਲ ਨਹੀਂ ਹੈਗੇ ਬਟ ਪੈਨਸ਼ਨ ਲੈ ਰਹੇ ਨੇ, ਅਤੇ ਤਕਰੀਬਨ 65,000 ਬੰਦੇ ਇਹੋ ਜਿਹੇ ਨੇ ਜਿਹੜੇ ਇਸ ਦੁਨੀਆ 'ਚ ਨਹੀਂ, ਯਾਨੀ ਕਿ ਉਹਨਾਂ ਦੀ ਮੌਤ ਹੋ ਚੁੱਕੀ ਆ, ਉਹਨਾਂ ਦੇ ਨਾਮ 'ਤੇ ਪੈਨਸ਼ਨ ਜਾ ਰਹੀ ਆ। ਸਾਡੀ ਸਰਕਾਰ ਦਾ ਇਹ ਮੋਟਿਵ ਸੀਗਾ ਵੀ ਅਸੀਂ ਹਰ ਇੱਕ ਉਸ ਬੰਦੇ ਨੂੰ ਇਸ ਦਾ ਬੈਨੀਫਿਟ ਦੇ ਸਕੀਏ ਜਿਹੜੇ ਵਾਕਈ ਐਲੀਜੀਬਲ ਨੇ, ਜਿਹੜੇ ਬਿਨਾਂ, ਤੁਹਾਨੂੰ ਪਤਾ ਹੀ ਆ ਜਿਹੜੀ ਪਿਛਲੀ ਗੌਰਮੈਂਟ ਸੀ, ਚਾਹੇ ਇੱਥੇ ਬਾਏ ਇਲੈਕਸ਼ਨ ਹੋਈ ਜਿਵੇਂ ਤੁਸੀਂ ਨੇ ਦੇਖਿਆ ਹੀ ਆ ਵੀ ਸੰਗਰੂਰ ਦੇ ਵਿੱਚ ਤਕਰੀਬਨ ਸਭ ਤੋਂ ਵੱਧ ਪੈਨਸ਼ਨਾਂ ਜਿਹੜੀਆਂ ਸੰਗਰੂਰ ਹਲਕੇ ਦੇ ਵਿੱਚ ਲੱਗੀਆਂ ਨੇ। ਇਹ ਮੈਂ ਸਮਝਦਾ ਕਿ ਜ਼ਿਮਨੀ ਚੋਣ ਵੇਲੇ ਇਹ ਲੱਗੀਆਂ ਨੇ, ਕਿਉਂਕਿ ਜਿਹੜਾ ਵੀ ਆਇਆ ਉਹਦੇ ਇਹਨਾਂ ਨੇ ਫਾਰਮ ਭਰਤੇ ਅਤੇ ਆਪਦੇ ਲੋਕਾਂ ਨੂੰ ਇਹਨਾਂ ਨੇ ਬੈਨੀਫਿਟ ਦੇਣ ਦੀ ਕੋਸ਼ਿਸ਼ ਕਰੀ। ਅਤੇ ਸਾਡਾ ਜਿਹੜੇ ਸਾਡੀ ਕਾਂਗਰਸ ਦੀ ਗੌਰਮੈਂਟ ਆ, ਸਾਡੇ ਮਾਣਯੋਗ ਸਰਦਾਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸੋਚ ਆ ਉਹ ਇਹ ਆ ਕਿ ਅਸੀਂ ਬਿਲਕੁਲ ਉਹ ਲੋਕਾਂ ਦਾ ਭਲਾ ਕਰ ਸਕੀਏ ਜਿਨ੍ਹਾਂ ਨੂੰ ਇਸ ਚੀਜ਼ ਦੀ ਲੋੜ ਆ। ਨਹੀਂ ਪਿਛਲੀ ਗੌਰਮੈਂਟ 'ਚ ਤੁਸੀਂ ਨੇ ਦੇਖਿਆ ਹੋਣਾ ਤਕੜੇ ਤਕੜੇ ਬੰਦਿਆਂ ਨੂੰ ਪੈਨਸ਼ਨਾਂ ਮਿਲ ਰਹੀਆਂ ਨੇ, ਬਟ ਜਿਹੜੇ ਵਾਕਈ 'ਚ ਹੀ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਪੈਨਸ਼ਨਾਂ ਨਹੀਂ ਲੱਗੀਆਂ। ਯੂਥ ਕਾਂਗਰਸ ਵੱਲੋਂ ਲੁਧਿਆਣਾ ਵਿੱਚ ਇੰਦਰਾ ਗਾਂਧੀ ਦੇ ਬੁੱਤ ਲਾਉਣ ਦਾ ਪ੍ਰੋਗਰਾਮ ਕੀਤਾ ਜਾਣਾ ਸੀ, ਪਰ ਲੁਧਿਆਣਾ ਦੇ ਵਿੱਚ ਇੰਦਰਾ ਗਾਂਧੀ ਦਾ ਬੁੱਤ ਨਹੀਂ ਲੱਗ ਸਕਿਆ। ਅਸਲ ਦੇ ਵਿੱਚ ਇਸ ਮਾਮਲੇ 'ਤੇ ਕਾਂਗਰਸ ਨੇ ਵੱਡਾ ਫੈਸਲਾ ਕਰਦੇ ਹੋਏ ਅਤੇ ਵੱਖ ਵੱਖ ਧਿਰਾਂ ਦਾ ਵਿਰੋਧ ਦੇਖਦੇ ਹੋਏ ਇਸ ਪ੍ਰੋਗਰਾਮ ਨੂੰ ਸਥਗਿਤ ਕਰ ਦਿੱਤਾ। ਸੋ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਗੋਗੀ ਦੇ ਮੁਤਾਬਕ ਪਾਰਟੀ ਦੀਆਂ ਉੱਪਰੋਂ ਕੋਈ ਹਦਾਇਤਾਂ ਨਹੀਂ ਸਨ ਕਿ ਇੰਦਰਾ ਗਾਂਧੀ ਦਾ ਬੁੱਤ ਲਗਾਇਆ ਜਾਣਾ ਹੈ। ਇਹ ਫੈਸਲਾ ਯੂਥ ਕਾਂਗਰਸ ਦੇ ਕੁਝ ਕਾਰਕੁਨਾਂ ਵੱਲੋਂ ਕੀਤਾ ਗਿਆ ਸੀ। ਗੁਰਪ੍ਰੀਤ ਗੋਗੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਪਸੀ ਭਾਈਚਾਰਾ ਬਰਕਰਾਰ ਰੱਖਣ ਦੇ ਲਈ ਫਿਲਹਾਲ ਇਸ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ। ਕਾਬਲੇ ਜ਼ਿਕਰ ਹੈ ਕਿ ਕੱਲ੍ਹ ਅਕਾਲੀ ਦਲ ਮਾਨ ਦੇ ਕਾਰਕੁਨਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਸੀ ਅਤੇ ਪੰਜਾਬ ਦੇ ਵਿੱਚ ਦੰਗਾ ਪੀੜਤਾਂ ਵੱਲੋਂ ਵੀ, ਕਤਲੇਆਮ ਪੀੜਤਾਂ ਵੱਲੋਂ ਵੀ ਇੰਦਰਾ ਗਾਂਧੀ ਦੇ ਬੁੱਤ ਲਾਏ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਸੀ। ਕਤਲੇਆਮ ਪੀੜਤਾਂ ਦਾ ਤਰਕ ਸੀ ਕਿ ਹਾਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ, ਸਭ ਤੋਂ ਪਹਿਲਾਂ ਉਹਨਾਂ ਨੂੰ ਇਨਸਾਫ ਦਵਾਇਆ ਜਾਏ। ਡਿਸਟ੍ਰਿਕਟ ਕਾਂਗਰਸ ਸ਼ਹਿਰੀ ਔਰ ਦਿਹਾਤੀ ਦੀ ਤਰਫ ਤੋਂ ਅੱਜ ਸ਼੍ਰੀਮਤੀ ਇੰਦਰਾ ਗਾਂਧੀ ਦਾ ਇਹ ਬਲੀਦਾਨ ਦਿਵਸ ਅਸੀਂ ਮਨਾ ਰਹੇ ਹਾਂ ਸਦਭਾਵਨਾ ਦੀ ਦੇ ਰੂਪ ਦੇ ਵਿੱਚ, ਜਿਹੜਾ ਕਿ ਹਰ ਵਾਰੀ ਅਸੀਂ ਉਹਨਾਂ ਦੀ ਸ਼ਰਧਾਂਜਲੀ ਸਮਾਰੋਹ ਸਦਭਾਵਨਾ ਦੇ ਰੂਪ ਦੇ ਵਿੱਚ ਕਰੀਦਾ ਹੈਗਾ, ਜਿਸ ਦੇ ਨਾਲ ਕਿ ਵਰਕਰਾਂ ਦੇ ਵਿੱਚ ਇੱਕ ਹੋਰ ਨਵਾਂ ਹੌਸਲਾ, ਇੱਕ ਹੋਰ ਨਵੀਂ ਲਹਿਰ ਜਾਂਦੀ ਹੈ ਔਰ ਉਹਨਾਂ ਨੂੰ ਲੋਕ ਸੇਵਾ ਦੇ ਵਿੱਚ, ਕੰਮਾਂ ਦੇ ਵਿੱਚ ਹੋਰ ਅਗਾਂਹ ਵਧਣ ਵਾਸਤੇ ਮੌਕੇ ਮਿਲਦੇ ਨੇ ਔਰ ਅਸੀਂ ਆਪਸ ਵਿੱਚ ਵਿਚਾਰ ਵਟਾਂਦਰਾ ਕਰਦੇ ਹਾਂ ਕਿ ਪਾਰਟੀ ਦੇ ਕੰਮਾਂ ਨੂੰ ਕਿਸ ਤਰੀਕੇ ਦੇ ਨਾਲ ਅਗਾਂਹ ਲੋਕਾਂ ਦੇ ਵਿੱਚ ਲੈ ਕੇ ਜਾਈਏ ਤਾਂ ਜੋ ਵੱਧ ਤੋਂ ਵੱਧ
ਲੋਕ ਸੇਵਾ ਹੋ ਸਕੇ, ਲੋਕਾਂ ਦੀ ਭਲਾਈ ਦੇ ਕੰਮ ਆਪਣੇ ਸ਼ਹਿਰ ਦੇ ਅੰਦਰ ਹੋ ਸਕਣ। ਅਸੀਂ ਪੰਜਾਬ ਦੀ ਅਮਨ ਸ਼ਾਂਤੀ ਕਿਸੇ ਵੀ ਤਰੀਕੇ ਖਰਾਬ ਨਹੀਂ ਕਰਨਾ ਚਾਹੁੰਦੇ ਔਰ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਸੀਂ ਬੱਝੇ ਹੋਏ ਹਾਂ ਔਰ ਸਾਡੇ ਪਾਰਟੀ ਦੇ ਮੈਡਮ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ, ਸਰਦਾਰ ਬੇਅੰਤ ਸਿੰਘ ਜੀ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਹਾਲ ਕਰਨ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸੀ। ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਸੂਬੇ ਦੀ ਅਮਨ ਸ਼ਾਂਤੀ ਇਸੇ ਤਰੀਕੇ ਕਾਇਮ ਰਹੇ, ਇਸ ਕਰਕੇ ਅਸੀਂ ਅੱਜ ਬੁੱਤ ਨਹੀਂ ਲਗਾ ਰਹੇ। ਸਟੈਚੂ ਲੁਧਿਆਣੇ ਆ ਗਿਆ ਸਾਡੇ ਕੋਲ ਹੈ ਅਤੇ ਕੋਈ ਗੱਲ ਨਹੀਂ, ਅਸੀਂ ਜਦੋਂ ਵੀ ਸਾਡੀ ਕਾਂਗਰਸ ਪਾਰਟੀ ਸਾਨੂੰ ਇਸ ਚੀਜ਼ ਦੀ ਅਨੁਮਤੀ ਦੇਵੇਗੀ, ਮਾਹੌਲ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਉਦੋਂ ਬੁੱਤ ਸਥਾਪਿਤ ਕਰਾਂਗੇ। ਇੰਦਰਾ ਗਾਂਧੀ ਜੀ ਨੂੰ ਫੁੱਲ ਸਮਰਪਣ ਕਰਨਾ, ਉਹਨਾਂ ਦਾ ਅੱਜ ਬਲੀਦਾਨ ਦਿਵਸ ਹੈ 33ਵਾਂ। ਕਾਂਗਰਸ ਪਾਰਟੀ ਇਸ ਦਿਨ ਨੂੰ ਬਲੀਦਾਨ ਦਿਵਸ ਦੇ ਰੂਪ ਦੇ ਵਿੱਚ ਬਲਾਕ ਪੱਧਰ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ਮਨਾਉਂਦੀ ਹੈ। ਜਿਹੜੀ ਸਟੈਚੂ ਵਾਲੀ ਗੱਲ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸਤੀ ਕਿ ਅਸੀਂ ਅਮਨ ਸ਼ਾਂਤੀ ਪਸੰਦ ਆਦਮੀ ਹਾਂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਰੁਕਾਂਗੇ ਇੱਕ ਬ੍ਰੇਕ ਦੇ ਲਈ, ਤੁਸੀਂ ਵੇਖਦੇ ਰਹੋ ਚੈਨਲ ਵਾਈ।